ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਹੋ ਤੁਸੀਂ ਸਾਰੇ ਜਾਣੇ? ਘੈਂਟ ਹੋਵੋਗੇ ਤੇ ਪੀ ਲਓ ਆਪਣਾ ਸ਼ੇਕ ਪਪੀਤਾ। ਪਪੀਤਾ ਸ਼ੇਕ ਜੈਵੂ ਵੀ ਪਿੰਦੀ ਰੱਖੜੀਆ ਦੇ ਨਾਲ। ਅੱਜ ਤੁਹਾਨੂੰ ਸਾਰਿਆਂ ਨੂੰ ਹੈਪੀ ਰੱਖਿਆ ਬੰਧਨ, ਸਾਰਿਆਂ ਨੂੰ ਜਿੰਨੇ ਵੀ ਸਾਨੂੰ ਦੇਖ ਰਹੇ ਆ ਤੇ ਜਿਹੜੇ ਨਹੀਂ ਵੀ ਦੇਖ ਰਹੇ, ਮਤਲਬ ਕਿ ਸਾਰੀ ਦੁਨੀਆ ਨੂੰ ਬੈਠੀ ਕਹਿੰਦੇ ਹੈਪੀ ਰੱਖਿਆ ਬੰਧਨ। ਹਾਂ, ਹੈਪੀ ਰੱਖਿਆ ਬੰਧਨ। ਤੇ ਆਪਾਂ ਹੁਣ ਸਵੇਰੇ ਸਵੇਰੇ ਸ਼ੇਕ ਪੀ ਰਹੇ ਆ ਤੇ ਆਪਾਂ ਥੋੜੀ ਸ਼ਾਪਿੰਗ ਕਰਕੇ ਆਏ ਆ। 7 ਵਜੇ ਆ ਗਏ ਸੀ ਘਰੋਂ, ਬਸ ਮੂੰਹ ਧੋਤਾ, ਸ਼ੋਪਿੰਗ ਵਗੈਰਾ ਕਰਨੀ ਸੀਗੀ, ਉਹ ਕਰ ਲਈ ਆ। ਉਹ ਕਰ ਲਈ ਆ, ਮੈਨੂੰ ਕੋਈ ਸੂਟ ਨੀ ਲੈ ਕੇ ਦਿੱਤਾ, ਮੈਂ ਥੋੜੀ ਜਿਹੀ ਗੁੱਸੇ ਵੀ ਹੋਈ ਸੀ। ਮੈਨੇ ਨੂੰ ਕਿਹਾ, ਮੈਂ ਕਿਹਾ ਪੁੱਤ ਆਪਾਂ ਨਿਕਲਣਾ 12:30 ਵਜੇ, ਠੀਕ ਆ, ਵੀ ਤੁਸੀਂ ਆਪਣਾ ਸੂਟ ਲੈਣ ਤਸੱਲੀ ਨਾਲ ਲਿਓ ਦੇਖ ਕੇ, ਹਨਾ, ਠੀਕ ਆ, ਭਾਵੇਂ ਫ੍ਰੀ ਹੋ ਗਿਆ ਉਸ ਤੋਂ ਬਾਅਦ ਜਦੋਂ ਮਰਜ਼ੀ ਕਰੀ ਚੱਲਿਓ। ਮੈਨੂੰ ਇੰਨੀ ਗੱਲ ਕਹੀ ਇਸ ਗੱਲ ਤੋਂ ਗੁੱਸੇ ਹੋ ਗਏ, ਕਿਉਂਕਿ ਮੈਨੂੰ ਪਤਾ ਤੁਸੀਂ ਚੀਜ਼ ਲੈਣੀ ਚੱਜ ਦੀ ਲਾਓ, ਦੇਖ ਸੋ ਚੰਗੀ ਤਰ੍ਹਾਂ, ਮੈਨੂੰ ਟਾਈਮ ਕੱਢ ਕੇ ਲਾਓ ਚੀਜ਼, ਹਨਾ। ਬਸ ਤੂੰ ਸੀਰੀਅਸ ਨਹੀਂ ਲੈ, ਇੱਕ ਗੱਲ ਆ, ਤੀਵੀਆਂ ਤੋਂ ਜਿੰਨੇ ਮਰਜ਼ੀ ਸੂਟ ਹੋਣ, ਹੋਰ ਕੀ, ਬਾਏ ਸੂਟਾਂ ਦਾ ਦਿਲ ਨਹੀਂ ਭਰਦਾ। ਮੇਰੇ ਇੱਕ ਸੂਟ ਬਹੁਤ ਸੋਹਣਾ ਲੱਗਾ ਸੀ ਵਾਈਟ ਕਲਰ ਦਾ, ਯਾਰ ਉਸ ਨੂੰ ਸੱਚੀ ਬਹੁਤ ਮਹਿੰਗਾ ਸੀ ਯਾਰ, ਉਹ ਹਾਂ ਥੋੜਾ ਐਕਸਪੈਂਸਿਵ ਤਾਂ ਸੀ। ਜੈਵੂ ਪਿੰਡੀ ਪੇ, ਜੈਵੂ ਨੂੰ ਕੋਈ ਟੈਨਸ਼ਨ ਨਹੀਂ, ਪਾਪਾ ਨੇ ਪੈਸੇ ਦੇਣੇ ਹੁੰਦੇ, ਬਸ ਠੀਕ ਹੈ, ਜੋ ਲੈਣਾ ਲੈ ਲਓ। ਸਿਮਰ ਇਦਾਂ ਤਾਂ ਨੁਸਖਿਆ ਤਾਂ ਲਾਇਆ ਜਾਂਦੀ ਆ, ਹੋਰ ਵੀ ਸਾਡੇ ਵਿੱਚ ਕਦੇ ਕਦੇ ਹੋਈ ਜਾਂਦਾ ਇਦਾਂ। ਸੈਮ ਨੇ ਇੰਨੇ ਨੂੰ ਖਲੋਣੇ ਲਿਆ ਕੇ ਦਿੱਤੇ ਆ, ਆਨਲਾਈਨ ਇੰਨੇ ਮੰਗਾਉਂਦੇ ਰਹਿੰਦੇ ਜੋ ਮਰਜ਼ੀ। ਮੈਂ ਕਿਹਾ ਸੈਮ ਬਸ ਕਰੋ, ਕਿਆ ਕਰੀ, ਮੰਗਾਈ ਜਾਂਦੇ ਕਾਹਤੇ ਮੰਗਾਈ ਜਾਂਦੇ, ਇਹਦਾ ਬਹਾਨੇ ਆ ਕੀ ਕੀ ਚੀਜ਼ਾਂ ਲੈ ਕੇ ਇੰਦੇ ਵਾਸਤੇ। ਬਹੁਤ ਕੁਛ ਮੰਗਾਇਆ ਗਿਆ, ਆਰਡਰ ਖੋਲਣੇ ਇੱਕ ਇੱਕ ਕਰਕੇ ਬਹੁਤ ਕੁਛ ਮੰਗਾ ਦਿੱਤਾ। ਹਾਏ, ਮੈਂ ਪਾਰਸਲ ਇਕੱਠੇ ਕਰ ਕਰਕੇ ਬਸ ਹੋ ਗਈ। ਮੈਂ ਕਿਹਾ ਸੈਮ ਜੇ ਹੋਰ ਕੁਛ ਕੀਤਾ ਨਾ ਮੇਰੇ ਦੇਖੇ, ਇਹਦੇ ਤਾਂ ਭੂਏ ਚੜਨਾ। ਇਹਨੇ ਇੱਕ ਹੋਰ ਚੀਜ਼ ਆਈ ਆ ਜਿਹੜੀ ਫੋਨ ਮੰਗਦੀ ਸੀ, ਮੈਨੂੰ ਚਾਹੀਦੀ ਆ। ਹਾਂ, ਉਹ ਤਾਂ ਚਾਹੀਦੀ ਸੀ। ਹਾਂ, ਉਹ ਜਲਦੀ ਆਪਾਂ ਤੁਹਾਨੂੰ ਕਰਕੇ ਦਿਖਾਉਂਦੇ ਆ। ਇਹ ਤਾਂ ਚਲਾ ਗਈ ਵੀ ਇਸੇ ਕਰਕੇ ਆ। ਮੇਰੀ ਤੇ ਮੇਰੀ ਪਿਆਰੀ ਜੀ ਡਾਟਰ ਦੀ ਇੱਕ ਹੈਪੀ ਜੀ ਲਾਈਫ ਦਾ ਸੀਕਰੇਟ ਦੱਸਣ ਜਾ ਰਹੀ ਹਾਂ। ਉਹ ਸੀਕਰੇਟ ਹੈਗਾ ਆ ਲਵ ਲੈਬ ਤੇ ਬੇਬੀ ਵਾਈਬਸ। ਜਦੋਂ ਦੇ ਸਾਡੀ ਜ਼ਿੰਦਗੀ ਚ ਆਏ ਆ ਨਾ, ਸਾਡੀ ਜ਼ਿੰਦਗੀ ਬਸ ਖੁਸ਼ੀਆਂ 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 ਆ ਚੁੱਕੀਆਂ ਤੇ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਵੱਡਾ ਹਿੱਸਾ ਬਣ ਚੁੱਕੇ ਆ। ਹਾਂਜੀ, ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਵਾਲੇ ਵਾਈਬਸ ਸਾਰਿਆਂ ਦਾ ਦਿਲ ਕਿਉਂ ਲੁੱਟ ਰਹੇ ਆ, ਸਪੈਸ਼ਲੀ ਸਾਡੀਆਂ ਮੰਮੀਆਂ ਦਾ, ਬਿਕੋਜ਼ ਇਹ ਡਿਜ਼ਾਈਨ ਇਦਾਂ ਕੀਤੇ ਹੋਏ ਆ ਕਿਉਂਕਿ ਸਾਡੇ ਬੇਬੀਜ਼ ਜਿਹੜੀ ਸਕਿਨ ਹੁੰਦੀ ਹੈ ਨਾ, ਇਹ ਬਹੁਤ ਜ਼ਿਆਦਾ ਸੌਫਟ ਹੁੰਦੀ ਆ, ਠੀਕ ਆ, ਅਤੇ ਪੂਰਾ ਪੂਰਾ ਹਿੱਸਾ ਪਾਉਂਦੇ ਆ ਇਹਨਾਂ ਦੀ ਕੇਅਰ ਕਰਨ ਦਾ, ਕਿਉਂਕਿ ਇਹਨਾਂ ਦੀ ਸਕਿਨ ਵਾਸਤੇ ਬਹੁਤ ਜ਼ਿਆਦਾ ਜੈਂਟਲ ਕੇਅਰ ਦੀ ਜ਼ਰੂਰਤ ਹੁੰਦੀ ਹੈ। ਲਓ ਜੀ, ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਯੂਜ਼ ਕਿੱਦਾਂ ਕਰੀਦੇ। ਸਭ ਤੋਂ ਪਹਿਲਾਂ ਤਾਂ ਇਹਦਾ ਸਟੋਵ ਬਹੁਤ ਜ਼ਿਆਦਾ ਵਧੀਆ ਆ, ਕੋਟਨ ਬਹੁਤ ਜ਼ਿਆਦਾ ਵਧੀਆ ਆ, ਅਤੇ ਆਪਾਂ ਹੁਣ ਜੈਵੂ ਦਾ ਫੇਸ ਸਾਫ਼ ਕਰਕੇ ਦੇਖਦੇ ਹਾਂ। ਇਹ ਬਹੁਤ ਹੀ ਜ਼ਿਆਦਾ ਸੌਫਟ ਆ, ਅਤੇ ਜਿਹਦਾ ਇਹਦਾ ਕੋਟਨ ਆ ਬਹੁਤ ਹੀ ਜ਼ਿਆਦਾ ਵਧੀਆ ਅਤੇ ਸੌਫਟ ਆ, ਅਤੇ ਇਹ ਬੱਚਿਆਂ ਦੇ ਫੇਸ ਨੂੰ, ਮਤਲਬ ਕਿ ਸਕਿਨ ਨੂੰ ਬਿਲਕੁਲ ਵੀ ਇਫੈਕਟ ਨਹੀਂ ਕਰਦਾ। ਅਤੇ ਦੂਜੀ ਇਹਦੀ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗਦੀ ਆ ਕਿ ਸਾਡੇ ਬੱਚੇ, ਤੁਹਾਨੂੰ ਪਤਾ ਹੀ ਕਿ ਸਾਰੇ ਜਿਹੜੇ ਖੇਡਦੇ ਰਹਿੰਦੇ ਗੰਦੇ ਹੁੰਦੇ ਰਹਿੰਦੇ ਆ, ਹੁਣ ਵੀ ਖੇਡਣ ਲੱਗੀ ਹੋਈ ਆ ਦੇਖੋ, ਅਤੇ ਬਿਲਕੁਲ ਚੱਜ ਨਾਲ ਸਾਫ਼ ਕਰ ਦਿੰਦੇ ਇਹਨਾਂ ਦੇ ਫੇਸ ਨੂੰ, ਇਹਨਾਂ ਦੇ ਹੈਂਡਸ ਨੂੰ, ਇਹਨਾਂ ਦੇ ਫੇਸ ਨੂੰ, ਇਹਨਾਂ ਦੇ ਪੈਰਾਂ ਨੂੰ ਐਨ ਚੱਜ ਨਾਲ ਸਾਫ਼ ਕਰ ਦਿੰਦੇ ਆ। ਅਤੇ ਇਸ ਤੋਂ ਵੀ ਚੰਗੀ ਗੱਲ ਇਹ ਆ ਕਿ ਜਦੋਂ ਆਪਾਂ ਆਪਣੇ ਪਿਆਰੇ ਪਿਆਰੇ ਬੱਚਿਆਂ ਦਾ ਫੇਸ ਸਾਫ਼ ਕਰੀਦਾ ਇੱਦਾਂ ਕਰਕੇ, ਤਾਂ ਬਹੁਤ ਜ਼ਿਆਦਾ ਖੁਸ਼ ਹੁੰਦੇ ਆ, ਕਿਉਂਕਿ ਇਹ ਬਹੁਤ ਜ਼ਿਆਦਾ ਸੌਫਟ ਹੁੰਦੇ ਆ, ਅਤੇ ਸਾਡੇ ਬੱਚਿਆਂ ਦਾ ਸਾਡਾ ਬੌਂਡ ਜਿਹਦਾ ਆ ਬਹੁਤ ਜ਼ਿਆਦਾ ਵਧੀਆ ਬਣਦਾ। ਹਾਂ, ਕਿਉਂਕਿ ਜਦੋਂ ਬੱਚੇ ਦੀ ਸਕਿਨ ਨੂੰ ਸਾਫ਼ ਕਰਦੇ ਨਾ, ਸੌਫਟ ਹੁੰਦਾ ਆ, ਦੂਜੀ ਗੱਲ ਅਤੇ ਬੱਚੇ ਨੂੰ ਵੀ ਚੰਗਾ ਲੱਗਦਾ ਆ, ਬੱਚਾ ਕਹਿੰਦਾ ਕਿ ਹਾਏ ਮੇਰੀ ਮੌਮ ਮੇਰੀ ਕੇਅਰ ਕਰਦੀ ਪਈ ਆ। ਇੱਕ ਮਾਂ ਹੋਣ ਦੇ ਨਾਤੇ ਬੱਚਿਆਂ ਦੀ ਕੇਅਰ ਕਰਨਾ ਸਿਰਫ ਕੇਅਰ ਨਹੀਂ ਆ, ਉਹਨਾਂ ਨਾਲ ਸਾਡਾ ਇੱਕ ਪਿਆਰਾ ਜਿਹਾ ਬੌਂਡ ਬਣਦਾ ਹੈ, ਅਤੇ ਉਹ ਬੌਂਡ ਜਿਹਦਾ ਕਿ ਮੇਰੇ ਤਾਂ ਮੇਰੇ ਜੈਵੂ ਦਾ ਹੋਰ ਵੀ ਜਿਹੜਾ ਸਟਰੋਂਗ ਹੋਇਆ ਹੈ, ਉਹ ਹੋਇਆ ਹੈ ਲਵ ਲੈਬ ਦੇ ਬੇਬੀ ਵਾਈਟ ਨਾਲ। ਸੋ ਸਾਰੀਆਂ ਪਿਆਰੀਆਂ ਜਿਹੀਆਂ ਮੋਮਸ ਨੂੰ ਮੇਰਾ ਇਹੀ ਕਹਿਣਾ, ਤੁਸੀਂ ਵੀ ਇੱਕ ਵਾਰੀ
ਮੇਰੇ ਕਹਿਣ ਤੇ ਲਵ ਲੈਬ ਤੇ ਬੇਬੀ ਵਾਈਪਸ ਯੂਜ਼ ਕਰੋ, ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਕਿਉਂਕਿ ਮੇਰਾ ਐਕਸਪੀਰੀਅੰਸ ਤਾਂ ਬਹੁਤ ਹੀ ਜ਼ਿਆਦਾ ਵਧੀਆ ਸੀ ਕਿਉਂਕਿ ਸਾਡੇ ਦੋਨਾਂ ਤੇ ਬਹੁਤ ਵਧੀਆ ਰਿਹਾ ਹੈ ਜੀ, ਕਿਉਂਕਿ ਮੇਰਾ ਤਾਂ ਜਨਮ ਦਾ ਜਿਹੜਾ ਬੌਂਡ ਆ ਉਹ ਬਹੁਤ ਹੀ ਜ਼ਿਆਦਾ ਹੋਰ ਵੀ ਸਟਰੋਂਗ ਬਣ ਗਿਆ ਹੈ। ਮੈਂ ਚਾਹੁੰਦੀ ਹਾਂ ਤੁਹਾਡੇ ਬੇਬੀ ਨਾਲ ਤੁਹਾਡਾ ਬੌਂਡ ਵੀ ਮੇਰੇ ਤੇ ਜਨਮ ਵਾਂਗੂ ਹੋਰ ਜ਼ਿਆਦਾ ਸਟਰੋਂਗ ਬਣੇ। ਤੂੰ ਤਾਂ ਮੇਰਾ ਛੋਟਾ ਜਿਹਾ ਕਾਕਾ ਹੈ, ਤੂੰ ਤਾਂ ਮੇਰਾ ਛੋਟਾ ਜਿਹਾ ਐਂਜਲ ਆ, ਹੈਗੀ ਤਾਂ ਨਹੀਂ ਹੈਗੀ ਪੱਪੀ ਕੋ ਕਸੋਈ ਜਗਾ ਕੇ ਦੇ ਆਏ ਹਾਲ ਦੇਖੋ। ਅੱਜ ਮੈਂ ਜਾਵੂ ਤੇ ਪੋਣਾ ਆ ਚਿੱਟਾ ਕੁੜਤਾ ਪਜਾਮਾ। ਇਹ ਹਾ ਜਾਵੂ ਪੀ ਲਈ, ਪਾਪਾ ਨੇ ਪੀ ਵੀ ਲਿਆ। ਨੋ ਡਿਸਟਰਬ। ਚਲੋ ਜੀ ਹੁਣ ਆਪਾਂ ਆ ਗਏ ਘਰੇ ਤੇ ਕਾਕੇ ਹੋਣੀ ਲੱਗ ਗਏ ਆਪਣੇ ਕੰਮ ਦੇ ਆਲ ਦੁਆਲੇ ਆਉਂਦੇ ਆਉਂਦੇ। ਹੋਰ ਕਿ ਮੈਂ ਕੰਮ ਕਰੀਏ ਤੇ ਤਿਆਰ ਵੀ ਹੋਈ ਹੈ। ਜੈਵੀ ਘਰੇ ਸੁੱਤੇ ਸੁੱਤੇ ਦਾ ਫਾਇਦਾ ਚੱਕੀ ਹੈ। ਜੈਵੀ ਘਰ ਆਣੀ ਸਾਡੀ ਸੋ ਗਈ ਆ ਕੇ। ਉਹਦੀ ਡਿੱਗ ਗਈ ਹੈ ਨਾ। ਹੋਰ ਕਿ ਉਹਦੀ ਡਿੱਗ ਗਈ। ਗੱਡੀ ਚ ਡਿੱਗ ਗਈ ਸੀ। ਤੁਸੀਂ ਗੰਢੇ ਪਿਆਜ ਕੱਟੋ ਤੇ ਸਬਜ਼ੀਆਂ ਬਣਾਓ, ਪਨੀਰ ਬਣਾਉਣ ਲੱਗੇ ਕੜਾਹੀ ਪਨੀਰ ਬਣਾਇਆ। ਰੈਸਪੀ ਦੱਸ ਦਿੰਦਾ ਕੋਈ ਨੀ, ਕੱਟ ਲਓ ਸਬਜ਼ੀ ਸੁਬਜ਼ੀਆਂ ਮੈਂ ਉੱਠ ਜਾਂਦਾ ਫਿਰ ਮੈਂ ਬਣਾ ਲੂ ਤੁਹਾਡੇ ਨਾਲ ਹੈਲਪ ਕਰਾਉਂਦਾ। ਇੰਨਾ ਤੁਹਾਡਾ ਬੁੱਕਾ ਹੈਗਾ ਤੁਹਾਨੂੰ ਪਤਾ ਹੀ ਆ ਫਿਰ ਯਾ ਉਹ ਦੱਸਿਆ ਨੀ ਨਾ ਕਿਸੇ ਨੂੰ ਇਹ ਜਦੋਂ ਇਹ ਵਿਆਹ ਕੇ ਆਏ ਸੀ ਨਾ ਇਹਨਾਂ ਨੂੰ ਰੋਟੀ ਤੋਂ ਲੈ ਕੇ ਸਬਜ਼ੀ ਤੱਕ ਮਤਲਬ ਐਵਰੀਥਿੰਗ। ਇੱਕ ਚਾਹ ਬਣਾਉਣੀ ਆਉਂਦੀ ਹੁੰਦੀ ਸੀ ਇਹਨਾਂ ਨੂੰ ਅਤੇ ਇੱਕ ਮੈਗੀ, ਇਹ ਦੋ ਚੀਜ਼ਾਂ ਬਹੁਤ ਸਵਾਦ ਬਣਾਉਂਦੇ ਸੀ। ਉਸ ਤੋਂ ਇਲਾਵਾ ਸਾਡੇ ਹੱਥ ਖੜੇ ਸੀ। ਪਰ ਇਹ ਹੈ ਕਿ ਬਹੁਤ ਜਿੱਦ ਸਿੱਖ ਗਏ ਸੀ ਅਤੇ ਹੁਣ ਮੇਰੇ ਤੋਂ ਵੀ ਸਵਾਦ ਬਣਾਉਣ ਦੀ ਚੀਜ਼। ਕਹਿੰਦੇ ਹੁੰਦੇ ਬੰਦੇ ਨੂੰ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨਾ, ਉਹ ਮੈਂ ਵੀ ਇੱਦਾਂ ਸਿੱਖਿਆ ਸੀ ਪਾਗਲ, ਬੰਦਾ ਸਭ ਕੁਝ ਸਿੱਖ ਲੈਂਦਾ। ਮੈਂ ਨਾ ਸੈਮ ਜਦੋਂ ਮੈਨੂੰ ਸਿਖਾਉਂਦੇ ਹੁੰਦੇ ਸੀ ਰੋਟੀ ਪਾਣੀ ਤਾਂ ਮੈਂ ਸੈਮ ਨੂੰ ਕਹਿੰਦੀ ਹੁੰਦੀ ਸੀ, ਮੈਂ ਕਿਹਾ ਸੈਮ ਮੈਨੂੰ ਰੋਟੀ ਕਦੀ ਨਹੀਂ ਬਣਾਉਣੀ ਆਉਂਦੀ। ਉਹ ਨਹੀਂ ਸੱਚੀ ਤਾਂ ਲੱਗਦਾ ਵੀ ਹੁੰਦਾ ਸੀ ਕਿ ਮੈਂ ਕਦੀ ਰੋਟੀ ਪਾਣੀ ਨਹੀਂ ਬਣਾ ਸਕਦਾ। ਮੈਂ ਜਦੋਂ ਖੁਦ ਸਿੱਖਣ ਲੱਗਾ ਮੈਨੂੰ ਵੀ ਇਦਾਂ ਲੱਗਦਾ ਸੀ। ਮੈਂ ਤਾਂ ਰੋਟੀ ਬਣਾਉਣੀ ਬਹੁਤ ਹੀ ਆ। ਚਲੋ ਮੈਂ ਉਹਨਾਂ ਸਭ ਸਿੱਖ ਜਾਂਦਾ ਬੰਦਾ ਸਾਰਾ। ਹੋਰ ਵੀ ਟਾਈਮ ਲੱਗਦਾ ਸਭ ਪਤਾ ਸਿੱਖ ਲੈਂਦਾ। ਹੋਰ ਦੱਸੋ ਮੈਨੂੰ ਕੀ ਨਹੀਂ ਬਣਾਉਣਾ ਆਉਂਦਾ। ਮਹਾਰਾਜ ਜੋ ਮਰਜ਼ੀ ਵੇਖੋ ਤੁਹਾਡੇ ਮੋਹਰੇ ਬਣਾ ਕੇ ਪਰੇ ਮਰ ਗਏ, ਤੁਹਾਨੂੰ ਬੱਕਰਾ ਕਹੋ ਤੁਸੀਂ ਬੱਕਰਾ ਬਣਾ ਲਓ। ਚਲੋ ਜੀ ਮੇਰਾ ਕਾਕਾ, ਕਾਕੇ ਪੁਰਾਣੇ ਦਿਨ ਯਾਦ ਆ ਗਏ ਨਾ। ਹੁਣ ਤਾਂ ਚਲੋ ਆਪਾਂ ਉੱਥੇ ਰਹਿੰਦੇ ਹਾਂ, ਜਦੋਂ ਇੱਥੇ ਰਹਿੰਦੇ ਹੁੰਦੇ ਸੀ ਉਦੋਂ ਪਾਰਟ ਕੁਕਿੰਗ ਕਰਦੇ ਹੁੰਦੇ ਦੋਨੇ ਜਾਣੇ ਹਨਾ। ਦੇਖੋ ਜੀ ਆਪਾਂ ਹੋ ਚੁੱਕੇ ਆ ਨਹਾਉਣ ਤੋਂ ਬਿਨਾਂ ਸੂਟ ਕੱਪੜੇ ਪਾ ਲੇ। ਚਲੋ ਕੋਈ ਨੀ ਤੁਸੀਂ ਨਹਾ ਕੇ ਉਹਨੂੰ ਹੋਰ ਚੇਂਜ ਕਰ ਲਓ ਤੇ ਜੈਵਿਕਨ ਦੁੱਧ ਪਿਲਾ ਦਿਓ। ਚਲੋ ਮੈਂ ਉਹਨੂੰ ਜੈਵਿਕਨ ਦੁੱਧ ਪਿਲਾ ਕੇ ਆ ਜਾ, ਠੀਕ ਹੈ। ਚਲੋ ਜੀ ਰੱਖੜੀ ਆਪਾਂ ਬਣਾ ਲਈ ਆ ਹੁਣ, ਠੀਕ ਹੈ ਜੀ। ਤੇ ਭੂਆ ਜੀ ਉਹਨਾਂ ਦਾ ਰੱਖੜੀ ਬਣਾ ਲਈ ਆ ਤੇ ਭੈਣ ਦਾ ਪਹਿਲੇ ਬਣਾ ਲਈ ਸੀਗੀ ਮੈਂ ਰੱਖੜੀ। ਜੈਵੂ ਸਾਡੀ ਹਾਂ ਰੱਖੜੀ ਆ, ਕਹਿੰਦੇ ਰੱਖੜੀ ਦਿੱਤੀ ਤੇ ਰੱਖੜੀਆਂ ਖੇਲਣ ਲੱਗੀ ਹੋਈ ਆ। ਕਹਿੰਦੇ ਨੇ ਪਹਿਲੀ ਰੱਖੜੀ ਆ ਤੇ ਚਾਚੂ ਦੇ ਬੰਦ ਹੋ। ਹੋਰ ਕੀ ਜੈਵੂ ਸਾਡਾ ਕਾਕਾ ਚਿੱਤਾ ਕੋਫਤਾ ਪਾਵਾਂ ਪਾ ਕੇ ਬਣਿਆ, ਕੀ ਹੋਇਆ ਪੰਦਰ ਸਾਹਿਬ ਜੀ? ਇੱਧਰ ਦੇਖਿਓ। ਹਾਂਜੀ ਡੋਰੀਮੋਨ ਵਿਚਾਰੇ ਦੇ ਪੱਲੇ ਵੀ ਛੱਡਦੇ ਕੁਛ। ਡੋਰੀਮੋਨ ਦਾ ਗੈਜਟ ਖਾ ਗਏ ਸਾਰੇ। ਚਲੋ ਜੈਵੂ ਤੁਸੀਂ ਵੀ ਰੱਖੜੀ ਬੰਨੋ ਹੁਣ। ਚਲੋ ਸ਼ਾਬਾਸ਼ ਕੌਣਾ ਬੰਨੂ ਵੀ ਰੱਖੜੀ। ਇਹ ਕਰਦੀ ਆ
बंदी रन हो गई हेलो भी जाऊ जैबू मम्मा की कही जाते हो कुछ पता नहीं लगता पिया बस इना पता लगता की आपा खड़े हां आपा फुल मस्ती चा मेरा पोता जिन्ना सोहना लगन लगा ना मेनू लगता मेरी नजर लग जानी इन सब तो पहला इधर शो बहुत सोहना लगते पे अज मम्मा जी तुसी बनाया शो ने तुसी कोटा पजामा लेके दिता मम्मा जी ओए होए 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 हाय हाय स्माइला हाय स्माइला बैठा 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 ए ए ए हाल देखो पजामे का की बनाया होया इन्हे सारा मैली मैल होया पे पजामा ओए ओए इन्हें मेनु दुखी किता होया टिक दी नहीं पई उठी हो गई डिगना तू मेरे बालों का हाल देखो की बनिया पे करके कहते मेनु छड़ दे थले अच्छा ताई लगी हुई है थले छड़ दे।